ਇੰਨੀਆਂ ਸਖ਼ਤ ਹਦਾਇਤਾਂ ਹੋਣ ਦੇ ਬਾਵਜੂਦ ਵੀ ਜਿਹੜੀ ਇਹ ਭਾਸ਼ਾ ਇੱਕ ਪਰਿਵਾਰ ਦੇ ਬਾਰੇ ਜਿਹੜਾ ਇੱਕ ਉਹ ਪਰਿਵਾਰ ਆ ਜਿਸਨੇ ਸਿੱਖ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ, ਗਿੱਲ ਸਾਹਿਬ ਨੇ ਜਿਹੜਾ ਆਪਣਾ ਜ਼ਿੰਦਗੀ ਦਾ ਜਿਹੜਾ ਦਸਵੰਧ ਆ, ਦਸਵਾਂ ਹਿੱਸਾ ਵਾ, ਉਹ ਜੇਲ੍ਹਾਂ ਦੇ ਵਿੱਚ ਇੱਕ ਕੌਮ ਦੇ ਲਈ ਨਿਸ਼ਾਵਰ ਕਰਤਾ। ਇਸ ਦੇ ਨਾਲ ਨਾਲ ਸਾਡੇ ਭੈਣ ਜੀ ਬਾਰੇ ਜਿਹੜੀਆਂ ਬੜੀਆਂ ਹੀ ਮਾੜੀਆਂ ਸ਼ਬਦਾਵਲੀ ਵਰਤੀ ਆ, ਬਾਕੀ ਨਾਲ ਨਾਲ ਸਾਡਾ ਜਿਹੜਾ ਰਾਮਗੜੀਆ ਭਾਈਚਾਰਾ ਵਾ, ਜਿਹੜਾ ਸਾਡਾ ਸਵਰਨਕਾਰ ਭਾਈਚਾਰਾ ਵਾ, ਜਿਹੜੀਆਂ ਇਹ ਗੱਲਾਂ ਸੁਣਯੋਗ ਨਹੀਂ ਹੈਗੀਆਂ। ਅਤੇ ਇਹ ਮੈਂ ਤਾਂ ਇਹੀ ਬੇਨਤੀ ਕਰਦਾ ਵਾਂ ਇਲੈਕਸ਼ਨ ਕਮਿਸ਼ਨ ਅੱਗੇ, ਇਹੋ ਮੰਗ ਰੱਖਦਾ ਕਿ ਜਲਦ ਤੋਂ ਜਲਦ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਮੰਤਰੀ ਸਾਹਿਬ ਦੇ ਉੱਤੇ ਸਖ਼ਤ ਤੋਂ ਸਖ਼ਤ ਐਕਸ਼ਨ ਲੈ ਕੇ ਜਿਹੜਾ ਚੋਣ ਇਹ ਪ੍ਰਚਾਰ ਕਰ ਰਹੇ ਆ ਜਾਂ ਚੋਣ ਲੜ ਰਹੇ ਆ ਉਹਦੇ ਉੱਤੇ ਵੀ ਜਲਦੀ ਤੋਂ ਜਲਦੀ ਜੋ ਵੀ ਐਕਸ਼ਨ ਅਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲਿਆ ਜਾਵੇ ਤਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੋਈ ਵੀ ਇੰਸੀਡੈਂਟ ਜਾਂ ਸਟੈਪ ਨਾ ਚੁੱਕੇ, ਇਹੋ ਜਿਹਾ ਕੋਈ ਵੀ ਕਦਮ ਨਾ ਚੁੱਕੇ ਹੋਰ ਵੀ ਲੀਡਰ ਨੇ। ਪਰ ਮੈਂ 70 ਸਾਲਾਂ ਦੇ ਵਿੱਚ ਇਹ ਸੋਚਦਾ ਵਾਂ ਕਿ ਕਦੀ ਵੀ ਇਤਿਹਾਸ ਦੇ ਵਿੱਚ ਇੱਕ ਇਹਨੇ ਇਤਿਹਾਸ ਹੀ ਰਚਤਾ ਵਾ, ਇਹੋ ਜਿਹੀ ਗੱਲ ਕਦੀ ਵੀ ਕਿਤੇ ਵੀ ਸੁਣਨ ਨੂੰ ਨਹੀਂ ਮਿਲਦੀ। ਰਾਜਨੀਤੀ ਆਪਣੀ ਥਾਂ 'ਤੇ ਆ, ਠੀਕ ਹੈ, ਮੁੱਦਿਆਂ ਦੀ ਲੜਾਈ ਲੜੀਏ, ਮੁੱਦਿਆਂ ਦੀਆਂ ਗੱਲਾਂ ਕਰੀਏ, ਵਿਕਾਸ ਦੀਆਂ ਜਾਂ ਹੋਰ ਵੀ ਜੋ ਕੁਛ ਅਸੀਂ ਆਪਣੇ ਇਲਾਕੇ ਦੇ ਲਈ, ਅਸੀਂ ਪੰਜਾਬ ਲਈ ਕਰ ਸਕਦੇ ਹਾਂ ਉਹ ਕਰੀਏ, ਉਹ ਮੁੱਦੇ ਚੁੱਕੀਏ, ਨਾ ਕਿ ਕਿਸੇ ਪਰਿਵਾਰ ਨੂੰ, ਕਿਸੇ ਬਰਾਦਰੀ ਨੂੰ, ਕਿਸੇ ਭਾਈਚਾਰੇ ਨੂੰ ਟਾਰਗੇਟ ਕਰੀਏ। ਜਿਹੜਾ ਲਾਲਜੀਤ ਭੁੱਲਰ ਨੇ ਮਤਲਬ ਕਿ ਆਪਣਾ ਸਟੇਜ ਤੋਂ ਬੋਲਿਆ, ਅਪਸ਼ਬਦ ਬੋਲੇ ਆ, ਫਿਰ ਹੁਣ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ, ਤੇ ਕੀ ਕਹਿਣਾ ਚਾਹੁੰਦੇ ਹੋ? ਅੱਜ ਯੂਥ ਕਾਂਗਰਸ ਵੱਲੋਂ ਲਾਲਜੀਤ ਭੁੱਲਰ ਦਾ, ਮੰਤਰੀ ਦਾ ਪ੍ਰੋਟੈਸਟ ਕੀਤਾ ਜਾਂਦਾ ਪਿਆ ਵਾ, ਜਿਹੜੀ ਕਿ ਇਹਨੇ ਬਹੁਤ ਹੀ ਮਾੜੀ ਜਿਹੜੀ ਸ਼ਬਦਾਵਲੀ ਬੋਲੀ ਆ ਸਾਡੇ ਭਰਾਵਾਂ ਵਾਸਤੇ, ਸਾਡੇ ਆ ਸਾਡੀ ਜਾਤਾਂ ਵਾਸਤੇ, ਕਿਉਂਕਿ ਜਿਹੜੀ ਬਰਾਦਰੀ ਬਾਰੇ ਇਹਨੇ ਬੋਲਿਆ, ਸੁਨਹਿਰਾ ਬਰਾਦਰੀ ਇੱਡੀ ਮਹਾਨ ਬਰਾਦਰੀ ਆ, ਠੀਕ ਆ ਜੀ, ਤਰਖਾਣ ਸਿੰਘ ਬਰਾਦਰੀ, ਜਿਹੜੇ ਇਹਨਾਂ ਨੇ ਗਲਤ ਜਿਹੜੇ ਸ਼ਬਦ ਬੋਲੇ ਆ, ਇੰਨੀ ਵਧੀਆ ਬਰਾਦਰੀ, ਇੱਡੀ ਵੱਡੀ ਬਰਾਦਰੀ ਇਹਨਾਂ ਦੇ ਵਿੱਚੋਂ, ਕਿ ਕੋਈ ਮੁੱਖ ਮੰਤਰੀ ਬਣਿਆ, ਕੋਈ ਪ੍ਰਧਾਨ ਮੰਤਰੀ ਬਣੇ ਆ, ਪਰ ਇਹਨੂੰ ਬੋਲਣਾ ਹੀ ਚਾਹੀਦਾ ਲਾਲਜੀਤ ਭੁੱਲਰ। ਅਸੀਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਇਹਨੂੰ ਚੋਣ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਲਾਲਜੀਤ ਭੁੱਲਰ ਉੱਤੇ ਇਹਦੇ ਪਰਚਾ ਦਰਜ ਕੀਤਾ ਜਾਵੇ। ਅਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ, ਸਾਥ ਜੁੜ ਕੇ ਇਕੱਲੇ ਇਕੱਲੇ ਬੰਦੇ ਨੂੰ ਅਪੀਲ ਕਰਦੇ ਹਾਂ ਕਿ 1 ਤਰੀਕ ਨੂੰ ਇਹਦੇ ਉਲਟ ਵੋਟਾਂ ਪਾਓ ਤਾਂ ਜੋ ਇਹਨੂੰ ਸਬਕ ਆਵੇ। ਅਤੇ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਮੰਗ ਕਰਦੇ ਹਾਂ, ਇਹਦੀ ਟਿਕਟ ਦਾ ਵੀ, ਇਹਦੀ ਟਿਕਟ ਵੀ ਕੱਟੀ ਜਾਂਦੇ, ਇਹਨੂੰ ਲਾਲਜੀਤ ਭੁੱਲਰ ਨੂੰ ਜਿਹੜਾ ਮੰਤਰੀ ਉਹਦੇ ਤੋਂ ਵੀ ਲਾਇਆ ਜਾਵੇ। ਮੇਰਾ ਨਾਮ ਕਾਰ ਸੋਲੇ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਤਰਨ ਤਾਰਨ ਜੀ। ਮੈਂ ਸੀ ਐਮ ਸਾਹਿਬ ਤੋਂ ਮੰਗ ਕਰਦਾ ਜੀ, ਇਹਨਾਂ ਚੋਣ ਕਮਿਸ਼ਨ ਸਾਹਿਬ ਮੰਗ ਕਰਦੇ, ਅਸੀਂ ਰਿਟਰਨ ਰਿਪੋਰਟ ਵੀ ਦੇਵਾਂਗੇ ਜੀ। ਇਹਨਾਂ ਨੂੰ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਜੀ, ਟਿਕਟ ਇਹਨਾਂ ਦੀ ਵਾਪਸ ਲੈਣੀ ਚਾਹੀਦੀ ਆ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡਾ ਇਤਿਹਾਸ ਕੀ ਹੈਗਾ, ਇਹਨਾਂ ਨੂੰ ਜਿਸ ਕੌਮ ਦਾ ਇਤਿਹਾਸ ਹੀ ਨਹੀਂ ਪਤਾ ਹੈਗਾ, ਇਹ ਉਸ ਕੌਮ ਬਾਰੇ ਬੋਲ ਕਿੱਦਾਂ ਰਹੇ ਨੇ, ਇਹਨਾਂ ਨੂੰ ਇਹੋ ਹੀ ਨਹੀਂ ਆਪਣਾ ਪਤਾ ਹੈਗਾ। ਇਹ ਵੱਡੀ ਜ਼ਿੰਮੇਵਾਰੀ 'ਤੇ ਬੈਠੇ ਹੋਏ ਆ, ਕੈਬਨਿਟ ਮਿਨਿਸਟਰ ਆ, ਹੁਣ ਐਮ ਪੀ ਦੀ ਇਲੈਕਸ਼ਨ ਲੜ ਰਹੇ ਆ, ਇਹਨਾਂ ਨੂੰ ਆਪਣੇ ਇਤਿਹਾਸ ਬਾਰੇ ਹੀ ਨਹੀਂ ਪਤਾ ਹੈਗਾ, ਇਹ ਇੰਨਾ ਗਲਤ ਮਲਤ ਬੋਲ ਰਹੇ ਆ। ਅਸੀਂ ਉਸ ਚੀਜ਼ ਦੀ ਮੰਗ ਕਰਦੇ ਹਾਂ ਆਪਣੇ ਭਗਵੰਤ ਮਾਨ ਸਾਹਿਬ ਤੋਂ, ਉਹਨਾਂ ਨੂੰ ਇਹੋ ਕਹਿੰਦੇ ਹਾਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹਦੀ ਟਿਕਟ ਵਾਪਸ ਕੀਤੀ ਜਾਵੇ।